ਖਬਰਾਂ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ ਇਹਨਾਂ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਧਰਮਨ ਸਿੰਘ ਕੁਮਾਰ ਮੌਜੂਦ ਨੇ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਧਰਮਨ ਜੀ ਸਵਾਗਤ ਹੈ ਓਏ ਅਸਿਕ ਜੀ ਧਰਮਨ ਜੀ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਾਪ ਫਤਿਹਜੰਗ ਬਾਜਵਾ ਦਾ ਵੱਡਾ ਬਿਆਨ ਆਇਆ ਉਹਨੇ ਕਿਹਾ ਕਿ ਮੇਰੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਹੀ ਉਹਨੇ ਕਿਹਾ ਕਿ ਮੈਂ ਅਰਦਾਸ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੱਧੂ ਜਲਦੀ ਇਕੱਠੇ ਹੋ ਜਾਣ ਦੇਖੋ ਜੀ ਜਿੱਥੋਂ ਤੱਕ ਫਤਿਹਜੰਗ ਬਾਜਵਾ ਦੀ ਗੱਲ ਕੀਤੀ ਜਾਵੇ ਤਾਂ ਫਤਿਹਜੰਗ ਬਾਜਵਾ ਇੱਕ ਮਿਆਂ ਚ ਦੋ ਤਲਵਾਰਾਂ ਪਾਉਣ ਲੱਗਿਆ ਜੀ ਇੱਕ ਪਾਸੇ ਉਹ ਇਹ ਕਹਿੰਦਾ ਵੀ ਜਿਹੜੇ ਇਹ ਤਿੰਨੇ ਲੀਡਰ ਨੇ ਰੁੱਸੇ ਹੋਏ ਨੇ ਆਪਸ ਵਿੱਚ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਤੇ ਸਿੱਧੂ ਹੋ ਗਿਆ ਤੇ ਕੈਪਟਨ ਮਨਿੰਦਰ ਸਿੰਘ ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਤੇ ਸਿੱਧੂ ਸ਼ਾਇਦ ਕਿਤੇ ਨਾ ਕਿਤੇ ਇੱਕ ਧੜੇ ਦੇ ਨੇ ਤੇ ਕੈਪਟਨ ਮਨਿੰਦਰ ਸਿੰਘ ਦੂਜੇ ਧੜੇ ਦੇ ਨੇ ਪਰ ਫਤਿਹਜੰਗ ਬਾਜਬਾ ਦੀ ਇਹ ਕਹਿਣਾ ਆ ਕਿ ਵੀ ਮੇਰੀ ਅਰਦਾਸ ਆ ਜਾਂ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਇਕੱਠੇ ਦੇਖਾਂਵੇਂ ਚਲੋ ਉਹ ਤਾਂ ਜਿਹੜੀ ਹਾਈ ਕਮਾਂਡ ਦਾ ਵੀ ਜ਼ੋਰ ਲੱਗਿਆ ਪਿਆ ਕਿ ਉਹਨਾਂ ਨੂੰ ਇਕੱਠੇ ਦੇਖਿਆ ਜਾਵੇ ਉਹ ਇਕੱਠੇ ਹੋ ਜਾਣ ਤੇ ਕਿਤੇ ਨਾ ਕਿਤੇ ਜੇ ਇਕੱਠੇ ਹੁੰਦੇ ਨੇ ਤਾਂ ਉਹ ਕਾਂਗਰਸ ਵਾਸਤੇ ਬਹੁਤ ਚੰਗੀ ਗੱਲ ਐ 2022 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਵਾਸਤੇ ਕਿਤੇ ਨਾ ਕਿਤੇ ਕਾਂਗਰਸ ਆਪਣੇ ਭਵਿੱਖ ਨੂੰ ਸੁਨਹਿਰਾ ਦੇਖ ਸਕਦੀ ਐ ਜੇ ਕਿਤੇ ਇਹ ਇਕੱਠੇ ਹੋਣਗੇ ਤਾਂ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਫਤਿਹਜੰਗ ਬਾਜਵਾ ਦੀ ਫਤਿਹਜੰਗ ਬਾਜਵਾ ਜੁੜੇ ਕੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਉਹ ਇੱਕ ਪਾਸੇ ਆਪਣੀ ਭਾਈਵਾਲੀ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਨੇ ਬਚਾ ਕੇ ਰੱਖਣਾ ਚਾਹੁੰਦੇ ਨੇ ਦੂਜੇ ਪਾਸੇ ਜਿਹੜਾ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਕੁਰਸੀ ਦੀ ਸਾਝ ਹੈ ਉਹਨੂੰ ਵੀ ਸੇਫ ਰੱਖਣਾ ਚਾਹੁੰਦੇ ਨੇ ਜੀ ਹੁਣ ਇਥੋਂ ਸਾਫ਼-ਸਾਫ਼ ਝਲਕਦਾ ਕਿ ਫਤਿਹਜੰਗ ਬਾਜਵਾ ਭਾਈ ਹੈ ਜਿਹੜਾ ਭਾਈ ਦਾ ਮੂੰਹ ਆ ਉਹ ਤਾਂ ਸਿਰਫ ਇੱਕ ਦੁਨਿਆਵੀ ਤੌਰ ਤੇ ਦਿਖਾ ਰਹੇ ਨੇ ਅਸਲ ਦੇ ਵਿੱਚ ਉਹ ਕੁਰਸੀ ਦੇ ਪਿੱਛੇ ਆਪਣੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਜੇਕਰ ਉਹਨਾਂ ਨੂੰ ਅਸਲ ਚ ਗੱਲ ਦਾ ਪਤਾ ਹੈ ਉਹ ਕੀ ਉਹ ਪ੍ਰਤਾਪ ਸਿੰਘ ਬਾਜਵਾ ਕਿਸ ਗੱਲ ਪਿੱਛੇ ਲੜ ਰਹੇ ਨੇ ਕਿਸ ਗੱਲ ਪਿੱਛੇ ਪਾਰਟੀ ਦੇ ਨਾਲ ਗੁੱਸੇ ਨੇ ਜਾਂ ਕਿਸ ਗੱਲ ਪਿੱਛੇ ਬਗਾਵਤ ਕਰਦੇ ਨੇ ਜੇ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਹੋਣ ਤਾਂ ਉਹ ਇਹ ਗੱਲ ਨਾ ਕਹਿਣ ਕਿ ਕੈਪਟਨ ਮੇਰੇ ਲੀਡਰ ਨੇ ਲੀਡਰ ਠੀਕ ਹੈ ਪਾਰਟੀ ਦੇ ਵਿੱਚ ਲੀਡਰ ਹੁੰਦਾ ਆ ਲੀਡਰ ਦੇ ਰਿਸਪੈਕਟ ਕਰਨੀ ਚਾਹੀਦੀ ਹੈ ਪਰ ਇਹ ਗੱਲ ਵੀ ਨਹੀਂ ਹੁੰਦੀ ਕਿ ਜਦੋਂ ਜਿੱਥੇ ਪ੍ਰਤਾਪ ਸਿੰਘ ਬਾਜਵਾ ਖੜੇ ਨੇ ਪ੍ਰਤਾਪ ਸਿੰਘ ਬਾਜਵਾ ਜਿਵੇਂ ਬੇਅਦਬੀ ਦੇ ਮਾਮਲੇ ਤੇ ਬਿਆਨਬਾਜ਼ੀ ਕਰਦੇ ਨੇ ਜਾਂ ਫਿਰ ਗੋਲੀ ਕਾਂਡ ਦੇ ਜਿਹੜਾ ਮਸਲਾ ਹੈ ਉਹਦੇ ਤੇ ਬਿਆਨਬਾਜ਼ੀ ਕਰਦੇ ਨੇ ਕਿ ਸੰਗਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਫਤਿਹਜੰਗ ਬਾਜਵਾ ਨੇ ਹੱਕ ਬਣਦਾ ਸੀ ਇਹ ਗੱਲ ਕਹਿਣ ਦਾ ਕਿ ਅਸਲ ਦੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਬੇਅਦਬੀ ਦਾ ਮਸਲਾ ਆ ਉਹਦੇ ਤੇ ਲੋਕਾਂ ਨੂੰ ਇਨਸਾਫ ਦੇਵੇ ਉੰਜ ਮੈਂ ਕੈਪਟਨ ਸਾਹਿਬ ਦੇ ਨਾਲ ਆ ਪਰ ਲੋਕਾਂ ਨੂੰ ਇਨਸਾਫ ਵੀ ਮਿਲਣਾ ਜ਼ਰੂਰੀ ਹੈ ਜੀ ਜੇ ਕਿਤੇ ਨਾ ਕਿਤੇ ਇਹੋ ਜਿਹੀ ਬਿਆਨਬਾਜ਼ੀ ਆਉਂਦੀ ਤਾਂ ਉਹਨੂੰ ਅਸੀਂ ਸਾਰਥਕ ਮੰਨਦੇ ਤਾਂ ਅਸੀਂ ਫਤਿਹਜੰਗ ਬਾਜ਼ਵਾ ਦੇ ਨਾਲ ਸਹਿਮਤ ਵੀ ਹੁੰਦੇ ਲੋਕ ਵੀ ਉਹਦੇ ਨਾਲ ਸਹਿਮਤੀ ਜਤਾ ਸਕਦੇ ਸੀ ਕਿ ਚਲੋ ਉਹ ਪਾਰਟੀ ਦੇ ਇੱਕ ਲੀਡਰ ਹੈ ਲੀਡਰ ਦਾ ਰਿਸਪੈਕਟ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਰਿਸਪੈਕਟ ਕਰਦੇ ਨੇ ਪਰ ਜਿੱਥੇ ਗੱਲ ਕਰਦੇ ਨੇ ਫਤਿਹਵਾਜ਼ਬਾ ਕੇ ਮੈਂ ਆਪਣੇ ਪ੍ਰਤਾਪ ਸਿੰਘ ਬਾਜਵਾ ਦਾ ਵੀ ਮੇਰੇ ਭਰਾ ਦਾ ਵੀ ਉਹ ਰੱਖੂਗਾ ਤੇ ਦੂਜੇ ਪਾਸੇ ਮੇਰੇ ਲੀਡਰ ਨੇ ਜਿਹੜੇ ਉਹ ਉਹ ਕਿਤੇ ਨਾ ਕਿਤੇ ਇਹ ਚੀਜ਼ ਦੇਖੀ ਜਾਂਦੀ ਹੈ ਕਿ ਉਹ ਮੋਹ ਦੇ ਵਿੱਚ ਫਸੇ ਹੋਏ ਨੇ ਚਾਹੇ ਭਾਈ ਦਾ ਮੋਹ ਲਾ ਲੋ ਚਾਹੇ ਕੁਰਸੀ ਦਾ ਮੋਹ ਲਾ ਤੇ ਇੱਕ ਮਿਆਂ ਦੇ ਵਿੱਚ ਦੋ ਜਿਹੜੇ ਅਲੱਗ-ਅਲੱਗ ਧੜੇ ਨੇ ਉਹਨਾਂ ਦੀਆਂ ਦੋਵੇਂ ਤਲਵਾਰਾਂ ਇਕੱਠੀਆਂ ਪਾਉਣਾ ਚਾਹੁੰਦੇ ਨੇ ਜਿਹੜੀਆਂ ਕੀ ਪੈਣੀਆਂ ਮੈਨੂੰ ਤਾਂ ਮੁਸ਼ਕਲ ਲੱਗਦਾ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਹੁਣ ਕਾਂਗਰਸ ਦੇ ਹਾਲਾਤ ਬਣੇ ਪਏ ਨੇ ਕਾਂਗਰਸ ਦੇ ਹਾਲਾਤ ਕੀ ਨੇ ਕਿ ਨਵਜੂਤ ਸਿੰਘ ਸਿੱਧੂ ਦੇ ਅੱਜ ਫੇਰ ਬੋਰਡ ਲੱਗ ਪਈ। ਉਹ ਬੋਰਡ ਲੱਗਣ ਤੋਂ ਬਾਅਦ ਹੁਣ ਅੰਮ੍ਰਿਤਸਰ ਚ ਨਵਜੂਤ ਸਿੰਘ ਸਿੱਧੂ ਨੂੰ ਕੈਪਟਨ ਸੌਰੀ ਕੈਪਟਨ ਨਵਜੂਤ ਸਿੰਘ ਸਿੱਧੂ ਨੂੰ ਮੰਤਰੀ ਦੇ ਚਿਹਰੇ ਵਜੋਂ ਵੀ ਲੋਕ ਦੇਖਣਾ ਚਾਹੁੰਦੇ ਨੇ। ਉਹ ਬੋਰਡ ਦੇ ਜਿਹੜੇ ਸਿੱਧਾ-ਸਿੱਧਾ ਮਤਲਬ ਨਿਕਲ ਰਿਹਾ ਕਿ ਕੈਪਟਨ ਮਰਿੰਦਰ ਸਿੰਘ ਦੀ ਥਾਂ ਤੇ ਲੋਕ ਨਵਜੂਤ ਸਿੰਘ ਸਿੱਧੂ ਨੂੰ ਦੇਖਣਾ ਚਾਹੁੰਦੇ ਨੇ। ਜੀ। ਹੁਣ ਜਦੋਂ ਨਵਜੂਤ ਸਿੰਘ ਸਿੱਧੂ ਕੈਪਟਨ ਮਰਿੰਦਰ ਸਿੰਘ ਦੇ ਬਰਾਬਰ ਦਾ ਧੜਾ ਬਣ ਕੇ ਖੜਾ ਹੋ ਗਿਆ। ਤਾਂ ਤੁਸੀਂ ਕਿੱਥੋਂ ਤੱਕ ਉਮੀਦ ਲਗਾ ਸਕਦੇ ਹੋ ਕਿ ਉਹ ਦੋਵੇਂ ਇਕੱਠੇ ਹੋ ਜਾਣਗੇ ਇਕੱਠੇ ਹੋਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਸਟੈਂਡ ਤੋਂ ਹਿੱਲਦੇ ਨਹੀਂ ਉਹ ਬੋਰਡ ਤੇ ਬੋਟ ਲਾ ਰਹੇ ਨਹੀਂ ਕੈਪਟਨ ਸਾਹਿਬ ਬੋਰਡ ਤੇ ਬੋਟ ਲਾ ਰਹੇ ਨਹੀਂ ਕੈਪਟਨ ਦਾ ਇੱਕੋ ਹੀ ਹੁੰਦਾ ਹੁਣ ਗੱਲ ਕੀ ਹੈ ਕਿ ਜੰਗ ਟਵਿੱਟਰ ਤੋਂ ਸ਼ੁਰੂ ਹੋਈ ਸੀ ਹੁਣ ਬੋਰਡ ਦੀ ਜੰਗ ਚੱਲ ਪਈ ਹੁਣ ਪੋਸਟਰਾਂ ਦੀ ਜੰਗ ਚੱਲ ਪਈ ਸੋ ਇਸ ਤਰ੍ਹਾਂ ਦੀ ਇਹ ਜੰਗ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਲਈ ਬਹੁਤ ਜ਼ਿਆਦਾ ਨੁਕਸਾਨ ਦਾ ਇੱਕ ਸਿੱਧ ਹੋ ਸਕਦੀ ਹੈ ਜਿਹੜੀ ਕਿ ਹਾਲੇ ਤਾ ਇਹੇ ਸੰਭਾਲਣ ਦੀ ਕੋਸ਼ਿਸ਼ ਚ ਹੈਗੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਸੰਭਾਲੇ ਜਾਣਗੇ ਜਾਂ ਇੱਕ ਬੰਦੇ ਨੂੰ ਹਟਾਇਆ ਜਾਊਗਾ ਜਾਂ ਫਿਰ ਇੱਕ ਮਤਲਬ ਕਿ ਦੋਹਾਂ ਚੋਂ ਇੱਕ ਨੂੰ ਰਸਾਉਣਾ ਪਊਗਾ ਜਿਹੜੀ ਇੱਕ ਪਾਰਟੀ ਉਹਨੂੰ ਰਸਾਉਣਾ ਪਊਗਾ ਦੋ ਦੋਵਾਂ ਨੂੰ ਇਕੱਠੇ ਨਹੀਂ ਕਰਿਆ ਜਾ ਸਕਦਾ ਜੇ ਦੋਵਾਂ ਨੂੰ ਉਹ ਖੁਸ਼ ਕਰਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਨੁਕਸਾਨ ਆ ਜਿਹੜਾ ਉਹ ਜਨਤਾ ਦਾ ਨੁਕਸਾਨ ਕਰਕੇ ਫਿਰ ਇਹਨਾਂ ਦੋਵਾਂ ਨੂੰ ਇਕੱਠੇ ਕੀਤਾ ਜਾ ਸਕਦਾ ਸੋ ਜਿਸ ਤਰ੍ਹਾਂ ਦੇ ਹਾਲਾਤ ਹੁਣ ਪੰਜਾਬ ਕਾਂਗਰਸ ਦੇ ਬਣੇ ਪਈ ਨੇ ਤਾਂ ਇਹਦੇ ਵਿੱਚ ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਪੰਜਾਬ ਕਾਂਗਰਸ ਨੂੰ ਜਾਂ ਫਿਰ ਕਾਂਗਰਸ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਨਵਜੂਦ ਸਿੰਘ ਸਿੱਧੂ ਜਿਹੜੇ ਆਪਣਾ ਸਟੈਂਡ ਤੇ ਖੜੇ ਨੇ ਇਸ ਗੱਲ ਦਾ ਕਿਤਨਾ ਕਿਤੇ ਨੁਕਸਾਨ ਆ ਜਿਹੜਾ ਉਹ ਚੱਲਣਾ ਪੈ ਸਕਦਾ। ਤਰਮਨਜੀਤ ਸੁਪਾਲ ਸਿੰਘ ਖਹਿਰਾਂ ਜਿਹੜੇ ਕਿ ਨਵੇਂ-ਨਵੇਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਅੱਜ ਜਿਹੜਾ ਦਿੱਲੀ ਗਏ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨ ਹਰੀਸ਼ ਰਾਵਤ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ। ਤੇ ਮੀਟਿੰਗ ਤੋਂ ਬਾਅਦ ਆ ਕੇ ਖੈਰਾ ਸਾਹਿਬ ਕਹਿੰਦੇ ਨੇ ਕਿ ਕਾਂਗਰਸ ਮੇਰਾ ਪੁਰਾਣਾ ਘਰ ਹੈ ਤੇ ਕਾਂਗਰਸ ਦੇ ਵਿੱਚ ਵਾਪਸੀ ਦੇ ਨਾਲ ਮੈਨੂੰ ਬਹੁਤ ਖੁਸ਼ੀ ਹੈ ਸੁਖਵੀਰ ਜੀ ਇਹ ਜਿਹੜਾ ਖੈਰਿਆਂ ਦਾ ਮੁੰਡਾ ਹੈ ਨਾ ਇਹ ਰੰਗ ਬਹੁਤ ਫਾਇਦ ਲਦਾ ਹੈ ਜੀ ਗਿਰਗਟ ਨੂੰ ਵੀ ਸ਼ਰਮ ਆ ਜਾਈ ਕਿ ਇੰਨੇ ਇਹ ਲੀਡਰ ਰੰਗ ਬਦਲਦੇ ਨੇ ਕਿ ਗਿਰਗਟ ਵੀ ਇੱਕ ਵਾਰੀ ਸੋਚਦੀ ਹੋਊਗੀ ਕਿ ਭਾਈ ਮੈਂ ਜੇ ਬਦਨਾਮ ਆ ਮੈਂ ਮੌਸਮ ਦੇ ਹਿਸਾਬ ਨਾਲ ਤਾਂ ਦੇ ਹਿਸਾਬ ਨਾਲ ਰੰਗ ਬਦਲਦੀਆਂ ਪਰ ਇਹ ਇਹ ਬੋਟਾਂ ਦੇ ਹਿਸਾਬ ਨਾਲ ਕੁਰਸੀ ਦੇ ਹਿਸਾਬ ਨਾਲ ਐਨੀ ਛੇਤੀ ਰੰਗ ਬਦਲਦੇ ਨੇ ਕਿ ਜਿੱਥੇ ਇਹਨਾਂ ਨੂੰ ਦੇਖਿਆ ਕਿ ਕੋਈ ਅਹੁਦਾ ਮਿਲਦਾ ਜਾਂ ਕਿਤੇ ਨਾ ਕਿਤੇ ਕੁਝ ਹੱਥ 'ਚ ਲੱਗਣਾ ਤੇ ਉੱਥੇ ਇਹ ਰੰਗ ਬਦਲ ਦਿੰਦੇ ਨੇ ਖੈਰਾ ਸਾਹਿਬ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਜੇ ਕਿਸੇ ਬੰਦੇ ਨਾਲ ਆਪਾਂ ਨੂੰ ਉਮੀਦ ਹੋਵੇ ਆਸ ਹੋਵੇ ਕਿ ਉਹਦੇ ਨਾਲ ਦੁਬਾਰਾ ਵੀ ਬੈਠਣਾ ਪੈ ਸਕਦਾ ਜੇ ਕਦੇ ਵਿਆਹ ਦੇ ਵਿੱਚ ਕਦੇ ਕਿਸੇ ਰਿਸ਼ਤੇਦਾਰੀ ਨਾਲ ਰਿਸ਼ਤੇਦਾਰ ਨਾਲ ਦੋ ਪੈਗ ਲੱਗਿਆਂ ਚ ਲੜਾਈ ਪੈ ਵੀ ਜਾਂਦੀ ਹੈ ਤਾਂ ਬੰਦੇ ਨੂੰ ਘੱਟੋ ਘੱਟ ਇੰਨੀ ਇੱਕ ਔਕਾਤ ਚ ਰਹਿਣਾ ਚਾਹੀਦਾ ਕਿ ਭਾਈ ਵਿਆਹ ਤੋਂ ਬਾਅਦ ਵੀ ਆਪਾਂ ਇਕੱਠੇ ਹੋਣਾ ਹੈ ਜੀ ਕਿਤੇ ਨਾ ਕਿਤੇ ਦੁੱਖ ਸੁੱਖ ਤੇ ਭੋਗ ਤੇ ਕਿਤੇ ਨਾ ਕਿਤੇ ਖੁਸ਼ੀ ਗਮੀ ਤੇ ਆਪਾਂ ਨੇ ਮੁੜ ਕੇ ਵੀ ਇਕੱਠੇ ਹੋਣਾ ਤੇ ਇੰਨਾ ਕੁ ਜ਼ਿਆਦਾ ਇੱਕ ਦੂਜੇ ਦੇ ਬੁਰੇ ਨਾ ਹੋਈਏ ਕਿ ਮੁੜ ਕੇ ਇਕੱਠੇ ਹੋਣ ਲੱਗਿਆਂ ਜਦੋਂ ਆਪਾਂ ਇਕੱਠੇ ਹੋਵਾਂਗੇ ਤਾਂ ਇੱਕ ਦੂਜੇ ਨੂੰ ਆਪਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ ਪਰ ਖੈਰਾ ਸਾਹਿਬ ਦਾ ਪੂਰੇ ਜੋਸ਼ ਦੇ ਨਾਲ ਕਹਿੰਦੇ ਨੇ ਕਿ ਮੈਂ ਆਪਣੇ ਘਰ ਚ ਵਾਪਸੀ ਕਰ ਲਈ ਵੀ ਭਾਈ ਉਹ ਵੀ ਤੇਰਾ ਘਰ ਸੀ ਜਦੋਂ ਤੂੰ ਆਪਣੇ ਘਰ ਦੇਆਂ ਨੂੰ ਗਾਲਾਂ ਕੱਢਦਾ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦੀ ਪਾਰਟੀ ਦੇ ਵਿੱਚ ਜਾਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਗਲਤੀ ਤਾਂ ਆਪੀ ਸੀ ਹੁਣ ਉਹਨਾਂ ਨੇ ਕੋਈ ਅਹੁਦਾ ਨਹੀਂ ਦਿੱਤਾ ਉਥੋਂ ਕੁਝ ਹਾਸਲ ਨਹੀਂ ਹੋਇਆ ਉਹਦਾ ਗਲਤੀ ਆਪੀ ਲੱਗੂਗੀ ਕਿਉਂਕਿ ਗਲਤੀ ਦੇਖੋ ਇਹ ਲੀਡਰ ਤਾਂ ਕਿਸ ਚੀਜ਼ ਨੂੰ ਗਲਤ ਮੰਨਦੇ ਨੇ ਲੀਡਰ ਉਸ ਚੀਜ਼ ਨੂੰ ਗਲਤ ਮੰਨਦੇ ਨੇ ਜਿੱਥੇ ਇਹਨਾਂ ਨੂੰ ਕੋਈ ਅਹੁਦਾ ਨਹੀਂ ਮਿਲਿਆ ਇਹਨਾਂ ਦੇ ਨਾਲ ਤੱਕਾ ਹੋਇਆ ਜੇ ਕਿਤੇ ਇਹ ਜਨਤਾ ਦੇ ਹਿੱਤ ਦੀਆਂ ਗੱਲਾਂ ਸੋਚਣ ਤਾਂ ਇਹਨਾਂ ਨੇ ਉਸ ਚੀਜ਼ ਨੂੰ ਗਲਤ ਮੰਨਣਾ ਚਾਹੀਦਾ ਅਸਲ 'ਚ ਜਿੱਥੇ ਕਿਤੇ ਲੋਕਾਂ ਨਾਲ ਤੱਕਾ ਹੋਇਆ ਲੋਕਾਂ ਨਾਲ ਚਾਹੇ ਪਾਰਟੀ ਕੋਈ ਹੈ ਚਾਹੇ ਆਪਣੀ ਪਾਰਟੀ ਚਾਹੇ ਦੂਜੀ ਪਾਰਟੀ ਹੈ ਜਿਹੜੀ ਲੋਕਾਂ ਨਾਲ ਗਲਤ ਕਰਦੀ ਆ ਜੇ ਤਾਂ ਉਸ ਚੀਜ਼ ਨੂੰ ਗਲਤ ਮੰਨਣਾ ਉਹ ਤਾਂ ਫਿਰ ਗਲਤੀ ਹੋ ਸਕਦੀ ਹੈ ਹੁਣ ਜਿਵੇਂ ਖੈਰਾ ਸਾਹਿਬ ਗਲਤੀ ਕਹਿੰਦੇ ਨੇ ਕਿ ਮੇਰੀ ਗਲਤੀ ਹੋ ਗਈ ਮੈਂ ਤਾਂ ਉਸ ਜੀ ਜਨ ਕੋਈ ਵੱਡੀ ਗਲਤੀ ਨਹੀਂ ਮੰਨਦਾ ਕਿਉਂਕਿ ਦੇਖੋ ਠੀਕ ਆ ਤੁਹਾਡਾ ਮਨ ਬਣਿਆ ਕੋਈ ਪਾਰਟੀ ਤੁਹਾਨੂੰ ਚੰਗੀ ਨਹੀਂ ਲੱਗੀ ਤੁਸੀਂ ਉਸ ਦੇ ਵਿੱਚ ਆ ਗਏ ਪਰ ਦੁਬਾਰੇ ਫਿਰ ਤੁਸੀਂ ਉਸ ਪਾਰਟੀ ਦੇ ਵਿੱਚ ਛੱਡ ਕੇ ਦੁਬਾਰੇ ਐਂਟਰ ਕਰਦੇ ਹੋ ਤਾਂ ਇੱਕ ਪੰਜਾਬੀ ਦੇ ਵਿੱਚ ਕਹਾਵਤ ਆ ਥੁੱਕ ਕੇ ਚੱਟਣ ਵਾਲਾ ਕੰਮ ਆ ਇਹ ਤਾਂ ਉਸ ਚੀਜ਼ ਨੂੰ ਲੋਕ ਸਵੀਕਾਰ ਨਹੀਂ ਕਰਦੇ ਬਾਈ ਜੀ ਤੁਸੀਂ ਜਿੰਨਾ ਮਰਜੀ ਚੰਗੇ ਸੀ ਪਹਿਲਾਂ ਤੁਸੀਂ ਚਿੰਨਾ ਮਰਜੀ ਚੰਗੇ ਦੂਜੀ ਪਾਰਟੀ ਲਈ ਬਣ ਕੇ ਆ ਗਏ ਬੇਸ਼ੱਕ ਮੈਂ ਨਹੀਂ ਕਹਿੰਦਾ ਕਿ ਖੈਰਾ ਸਾਹਿਬ ਦੇ ਮਨਸੂਬੇ ਕੀ ਨੇ ਖੈਰਾ ਸਾਹਿਬ ਬੇਸ਼ੱਕ ਹੁਣ ਲੋਕਾਂ ਦੇ ਭਲੇ ਲਈ ਹੀ ਕਾਂਗਰਸ ਦੇ ਵਿੱਚ ਆਏ ਨੇ ਲੋਕਾਂ ਦੀ ਭਲਾਈ ਵਾਸਤੇ ਕਾਂਗਰਸ ਚ ਵਾਪਸੀ ਕੀਤੀ ਹੈ ਪਰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਵੀਰ ਜੀ ਇੱਕ ਵਾਰੀ ਟੁੱਟਿਆ ਹੈ ਮੁੜ ਕੇ ਨਹੀਂ ਜੁੜਦਾ ਲੋਕਾਂ ਦੇ ਸਾਹਮਣੇ ਜਿਹੜਾ ਲੀਡਰ ਇੱਕ ਵਾਰੀ ਕਿਸੇ ਪਾਰਟੀ ਨੂੰ ਛੱਡ ਕੇ ਚਲਾ ਗਿਆ ਉਹਦੇ ਬਾਰੇ ਮੰਦੀ ਸ਼ਬਦਾਵਲੀ ਬੋਲਦੀ ਦੁਬਾਰਾ ਫਿਰ ਉਸ ਪਾਰਟੀ 'ਚ ਸ਼ਾਮਲ ਹੋਊਗਾ ਲੋਕਾਂ ਨੇ ਤਾਂ ਕਹਿਣਾ ਵੀ ਭਾਈ ਤੇਰਾ ਕੋਈ ਸਟੈਂਡ ਹੈ ਜਾਂ ਨਹੀਂ ਤਰਮਨ ਜੀ 2022 ਦੀਆਂ ਚੋਣਾਂ ਨੇੜੇ ਨੇ ਤੇ ਅਜਿਹੀ ਚ ਸੁਖਪਾਲ ਖੈਰਾ ਦਾ ਰਾਹੁਲ ਗਾਂਧੀ ਨੂੰ ਮਿਲਣਾ ਕਿ ਲੱਗਦਾ ਨਹੀਂ ਕਿ ਕੋਈ ਸਿਆਸੀ ਜਮੀਨ ਜਿਹੜੀ ਆ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਵੇ ਬਸ ਬਸ ਗੱਲ ਇੱਥੇ ਹੀ ਆਉਂਦੀ ਆ ਸੁਖਵੀਰ ਜੀ ਅਸਲ ਦੇ ਵਿੱਚ ਰਾਹੁਲ ਗਾਂਧੀ ਨੇ ਜਿਹੜੇ ਉਹ ਇੱਕ ਪਾਰਟੀ ਦੇ ਹਾਈ ਕਮਾਂਡ ਹੈ ਜੀ ਜਿਹੜੇ ਮਤਲਬ ਕਿ ਪਾਰਟੀ ਦੇ ਉੱਪਰਲਾ ਲੈਵਲ ਹੈ ਹੁਣ ਉੱਪਰਲੇ ਲੈਵਲ ਤੱਕ ਹਲੇ ਉਹ ਕੱਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਉਹ ਕਮੇਟੀਆਂ ਕਰਦੇ ਫਿਰਦੇ ਨੇ ਕਿ ਤੇਨੇ ਕਿਤੇ ਉਹਨਾਂ ਦੀ ਮਨਸੂਬੇ ਸਿਰਾਮ ਹੀ ਸਿੱਧੇ ਸਿੱਧੇ ਤੌਰ ਤੇ ਦਿਖਦੇ ਨੇ ਕਿ ਉਹ ਸੋਚ ਰਹੇ ਨੇ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉੱਥੇ ਕਿਤੇ ਨਾ ਕਿਤੇ ਮੈਨੂੰ ਵਧੀਆ ਉਹਦਾ ਮਿਲੇ ਤੇ ਮੈਨੂੰ ਟਿਕਟ ਮਿਲੇ ਕਿ ਤਾਂ ਕਿ ਮੈਂ ਹੁਣ ਲੋਕਾਂ ਦੀ ਸੇਵਾ ਕਰ ਸਕਾਂ ਪਤਾ ਨਹੀਂ ਹੁਣ ਉਹ ਸੇਵਾ ਕਿਵੇਂ ਦੀ ਹੋਊਗੀ ਉਹ ਤਾਂ ਜਦ ਆ ਫਿਰ ਜਨਤਾ ਵੋਟਾਂ ਪਾਣ ਤੋਂ ਬਾਅਦ ਜਨਤਾ ਨੂੰ ਪਤਾ ਲੱਗੂਗਾ ਜਾਂ ਫਿਰ ਪਾਰਟੀ ਦੱਸ ਸਕਦੀ ਹੈ ਵੀ ਸੇਵਾ ਅਸਲ ਚ ਹੋਊਗੀ ਨਹੀਂ ਹੋਊਗੀ ਪਰ ਕਿਤੇ ਨਾ ਕਿਤੇ ਉਹੀ ਗੱਲ ਹੈ ਵੀ ਸਿਆਸੀ ਜਿਹੜੇ ਜਮੀਨਤ ਲਾਸ਼ਣ ਦੀ ਤੁਹਾਡੇ ਕਹਿਣ ਦੇ ਮੁਤਾਬਕ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਜੇ ਹੁਣੀ ਮੈਂ ਮੀਟਿੰਗਾਂ ਕਰੂੰਗਾ ਹੁਣੀ ਮੈਂ ਪਿਆਰ ਵਧਾਊਂਗਾ ਤਾਂ ਜਿਹੜੇ 6-7 ਮਹੀਨੇ ਚੋਣਾਵਾਂ ਦੇ ਵਿੱਚ ਹਲੇ ਪਏ ਨੇ ਤਾਂ ਉਦੋਂ ਤੱਕ ਮੈਨੂੰ ਕਿਤੇ ਨਾ ਕਿਤੇ ਅਡਜਸਟ ਕਰ ਦਿੱਤਾ ਜਾਊਗਾ ਕਿ ਹਾਂ ਸੁਖਪਾਲ ਖਹਿਰਾ ਬਹੁਤ ਜ਼ਿਆਦੇ ਵਿਸ਼ਵਾਸ ਦੇ ਨਾਲ ਪਾਰਟੀ ਦੇ ਵਿੱਚ ਆਇਆ ਤਾਂ ਬਹੁਤ ਜ਼ਿਆਦੇ ਇਮਾਨਦਾਰੀ ਨਾਲ ਕੰਮ ਕਰੂਗਾ ਤੇ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਊਗਾ ਇਹੋ ਜਿਹੇ ਜਿਹੜੇ ਵਿਚਾਰ ਨੇ ਉਹ ਆਪਣੇ ਰੱਖਣ ਦਾ ਮਕਸਦ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਵੀ ਭਾਈ ਅਸੀਂ ਵੀ ਹੈਗੇ ਆਂ ਜੀ ਵੀ ਸਾਨੂੰ ਵੀ ਪੁੱਛ ਆ ਜਾਵੇ ਜੀ ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ ਹੁਣ ਪਿੰਡ ਦੇ ਵਿੱਚ ਇੱਕ ਅਦਾ ਬੰਦਾ ਇਹੋ ਜਿਹਾ ਹੁੰਦਾ ਜਿਹਨੇ ਕੰਮ ਤਾਂ ਬਹੁਤ ਕੀਤੇ ਹੁੰਦੇ ਨੇ ਪਰ ਉਹਦੀ ਪੁੱਛ ਜੀਖਾ ਵਾਲੀ ਨਹੀਂ ਹੁੰਦੀ ਤੇ ਉਹ ਬੰਦੇ ਹੁੰਦੇ ਨੇ ਸਾਈਲੈਂਟ ਬੰਦੇ ਕੰਮ ਕਰਨ ਵਾਲੇ ਤੇ ਕਈ ਬੰਦੇ ਹੁੰਦੇ ਨੇ ਜਿਹੜਾ ਕੰਮ ਕੋਈ ਨਹੀਂ ਕਰਦਾ ਪਰ ਪਿੰਡ ਦੇ ਪੰਚ ਸਰਪੰਚ ਨਾਲ ਸਭ ਤੋਂ ਮੁਰੇ ਉਹ ਬੰਦਾ ਹੁੰਦਾ ਸੋ ਇਹੋ ਜਿਹੇ ਬੰਦੇ ਇਹੋ ਜਿਹੇ ਲੀਡਰ ਵੀ ਕਈ ਹੁੰਦੇ ਨੇ ਜਿਹੜੇ ਪਾਰਟੀ 'ਚ ਜਦੋਂ ਕਿਤੇ ਵੋਟਾਂ ਨੇੜੇ ਆਉਂਦੀਆਂ ਨੇ ਉਹਨਾਂ ਨੇ ਇਹ ਗੱਲ ਕਹਿਣਾ ਹੁੰਦਾ ਵੀ ਲੈ ਵੀ ਚੱਕ ਦਾਂਗੇ ਆਪਾਂ ਜਿੱਤਣ ਨਹੀਂ ਦਿੰਦੇ ਦੂਜੀ ਪਾਰਟੀ ਨੂੰ ਗੱਲ ਹੀ ਕੋਈ ਨਹੀਂ ਵੀ ਇਹੋ ਜਿਹੇ ਬੰਦੇ ਵੀ ਜਿਹੜੇ ਲੀਡਰ ਹੁੰਦੇ ਨੇ ਜਦੋਂ ਪਾਰਟੀ ਦੇ ਹਾਈ ਕਮਾਂਡ ਦੇ ਨੇੜੇ ਲੱਗਦੇ ਨੇ ਕਿੰਤਾ ਕਿਤੇ ਨਾ ਕਿਤੇ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਅਹੁਦਿਆਂ ਦੀ ਪ੍ਰਾਪਤੀ ਵਾਸਤੇ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਜਾਂ ਫਿਰ ਜਿਹੜੀਆਂ ਹਾਈ ਕਮਾਂਡ ਆ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਧਰਮਨਜੀਤ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਈ ਜੀ ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧਰਮਨ ਸਿੰਘ ਕੁਮਾਨ ਜਿਨ੍ਹਾਂ ਨੇ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਦਿੱਤੇ ਤੁਹਾਨੂੰ ਇਹ ਵਿਚਾਰ ਚਚਾ ਕਿਵੇਂ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ